ਜਿਸ ਤਰ੍ਹਾਂ ਦੇ ਕੈਮਰੇ ਨੇ ਉਹ ਇੰਸਟਾਲ ਕਰ ਦਿੱਤੇ ਨੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ। ਇਸ ਤਰ੍ਹਾਂ ਦੇ ਪੋਰਟਲ ਕੈਮਰੇ ਨੇ, ਪੋਰਟੇਬਲ ਕੈਮਰੇ ਨੇ, ਉਹ ਬਠਿੰਡਾ ਦੇ ਵਿੱਚ ਇੰਸਟਾਲ ਕੀਤੇ ਜਾਣਗੇ। ਖੁਦ ਇਸ ਦੀ ਨਿਗਰਾਨੀ ਨੇ ਬਠਿੰਡਾ ਪੁਲਿਸ ਦੇ SSP ਕਰ ਰਹੇ ਨੇ ਔਰ ਇਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ। ਇਸ ਤਰ੍ਹਾਂ ਦੇ ਕੈਮਰੇ ਨੇ, ਦੱਸ ਰਹੇ ਨੇ ਕਿ 12 ਤੋਂ 15 ਕੈਮਰੇ ਨੇ ਪਹਿਲੀ ਤੌਰ ਤੇ ਇੰਸਟਾਲ ਕੀਤੇ ਜਾਣਗੇ। ਕਿਸ ਤਰ੍ਹਾਂ ਦਾ ਬੈਨੀਫਿਟ ਇਹਨਾਂ ਦਾ ਹੋਏਗਾ, ਖੁਦ ਬਠਿੰਡਾ ਪੁਲਿਸ ਦੇ SSP ਨੇ ਸਰ ਪਾਇਲਟ ਪ੍ਰੋਜੈਕਟ ਤੁਸੀਂ ਸ਼ੁਰੂ ਕੀਤਾ ਹੈਗਾ, ਸ਼ੁਰੂਆਤ ਦੇ ਵਿੱਚ ਕਿੰਨੇ ਕੈਮਰੇ ਇੰਸਟਾਲ ਕਰ ਰਹੇ ਹੋ? ਇਹ ਜੀ, ਅੱਜ ਇੱਕ ਪਾਇਲਟ ਜਿਹੜਾ 3 ਦਿਨ ਤੋਂ ਅਸੀਂ ਰਨ ਕਰ ਰਹੇ ਸੀਗੇ। ਪਹਿਲੀ ਵਾਰ ਅਸੀਂ ਟਰਾਈ ਕੀਤਾ ਕਿ ਸੋਲਰ ਪਾਵਰਡ ਕੈਮਰੇ ਹੋਣ ਅਤੇ ਇਹਦਾ ਸਟੱਡੀ ਬੇਸ ਬਣਾ ਕੇ ਮਲਟੀਪਲ ਇਹਨਾਂ ਦੇ ਯੂਜ਼ ਹੈਗਾ। ਇਹਦੇ ਵਿੱਚ ਅੱਜ ਕਿਉਂਕਿ ਸਕਸੈਸਫੁਲ ਲੱਗ ਰਿਹਾ ਸਾਨੂੰ, ਤਾਂ ਅਸੀਂ ਵਧਾ ਕੇ ਪਹਿਲਾਂ 15 ਕਰਾਂਗੇ ਅਤੇ ਉਹ ਤੋਂ ਬਾਅਦ ਜਿੱਦਾਂ ਇਲੈਕਸ਼ਨ ਦੀ ਰਿਕੁਆਇਰਮੈਂਟ ਹੋਏਗੀ, ਜਿਵੇਂ ਰੈਲੀ ਹੁੰਦੀ ਹੈ, ਪੋਰਟੇਬਲ ਨਾਕੇਬੰਦੀ ਹੁੰਦੀ ਹੈ, ਕੋਈ ਵੱਡੇ ਪ੍ਰੋਗਰਾਮ ਹੁੰਦੇ ਹੈ, ਫ੍ਰਿਸਕਿੰਗ ਵਗੈਰਾ ਹੁੰਦੀ ਹੈ, ਚੈਕਿੰਗ ਹੁੰਦੀ ਹੈ, ਕੋਈ ਧਾਰਮਿਕ ਸਮਾਗਮ ਹੁੰਦੇ ਹੈ, ਹਰ ਜਗ੍ਹਾ 'ਤੇ ਯੂਜ਼ ਕੀਤਾ ਜਾ ਸਕਦਾ। ਖਾਸਿਅਤ ਕੀ ਇਸ ਕੈਮਰੇ, ਥੋੜ੍ਹਾ ਐਕਸਪਲੇਨ ਕਰੋ ਕਿਸ ਤਰੀਕੇ ਨਾਲ ਕੰਮ ਕਰੇਗਾ, ਕਿੱਥੇ ਵੀਡੀਓ ਪ੍ਰਵਿਊ ਹੋਏਗੀ, ਕਿਸ ਕਿਸ ਜਗ੍ਹਾ 'ਤੇ ਆਪਾਂ ਨੂੰ ਇੰਸਟਾਲ ਕਰ ਸਕਦੇ ਹਾਂ? ਦੇਖੋ, ਸਭ ਤੋਂ ਵੱਡੀ ਖਾਸੀਅਤ ਤਾਂ ਇਹ ਹੈ ਕਿ ਇਹ ਪੋਰਟੇਬਲ ਹੈਗਾ, ਦੂਜਾ ਇਹਨੇ ਬਿਜਲੀ ਦੀ ਲੋਡ ਹੈ ਨਹੀਂ, ਸੋਲਰ ਪਾਵਰਡ ਹੈਗਾ, 18 ਘੰਟੇ ਬੈਟਰੀ ਲਾਈਫ ਹੈ, ਚਾਰਜ ਹੋ ਕੇ ਰਾਤ ਭਰ ਚੱਲਦਾ ਹੈ, 180° ਰੋਟੇਸ਼ਨ ਹੈਗੀ ਹੈ, ਕੰਟਰੋਲ ਰੂਮ 'ਤੇ ਇਹਦੀ ਲਾਈਵ ਫੁਟੇਜ ਚੱਲਦੀ ਹੈ, ਇਹਦੇ ਵਿੱਚ 4G SIM ਲੱਗੀ ਹੈ, ਵਾਈਫਾਈ ਕੈਮਰਾ ਹੈਗਾ, ਲਾਈਵ ਫੁਟੇਜ ਦੇ ਨਾਲ ਨਹੀਂ ਉਸੀ ਮੋਬਾਈਲ ਫੋਨ 'ਤੇ ਕੋਈ ਵੀ ਅਧਿਕਾਰੀ ਦੇਖ ਸਕਦਾ ਹੈ, ਕੰਟਰੋਲ ਰੂਮ 'ਤੇ ਵੀ ਦੇਖਿਆ ਜਾ ਸਕਦਾ ਹੈ, ਅਤੇ ਇਹ ਸਾਰੇ ਐਡਵਾਂਟੇਜ ਹੈ ਕਿ ਆਡੀਓ ਨਾਲ ਚੱਲਦੀ ਹੈ, ਮੁਲਾਜ਼ਮ ਜੋ ਕਿਸੇ ਪਬਲਿਕ ਦੇ ਨੁਮਾਇੰਦੇ ਨਾਲ ਪਬਲਿਕ ਨਾਲ ਗੱਲ ਕਰ ਰਿਹਾ, ਉਹ ਵੀ ਸਾਨੂੰ ਪਤਾ ਚੱਲੇਗਾ, ਅਤੇ ਪਬਲਿਕ ਵੀ ਇੱਕ ਜਿਹੜੀ ਹੈਗੀ ਉਹਨੂੰ ਸੁਰੱਖਿਆ ਵੀ ਮਹਿਸੂਸ ਹੋਏਗੀ ਅਤੇ ਉਹ ਵੈਲ ਬਿਹੇਵ ਵੀ ਰਹੇ। ਅਨੁਸ਼ਾਸਨ ਹੋਰ ਪੁਲਿਸ ਦਾ ਬੈਟਰ ਹੋਏਗਾ, ਨਾਕੇ 'ਤੇ ਅਕਸਰ ਕਹਿ ਦੇ ਕਿ ਪੁਲਿਸ ਰੂਡਲੀ ਬਿਹੇਵ ਕਰਦੀ ਹੈਗੀ, ਇਹ ਚੀਜ਼ ਹੋਰ ਈਜ਼ੀ ਹੋ ਜਾਏਗੀ, ਸਕੂਟੀ ਰਹੇਗੀ ਤੁਹਾਡੀ ਉਸ 'ਤੇ? ਅਫਕੋਰਸ, ਅਨੁਸ਼ਾਸਨ ਤਾਂ ਵਧੇਗਾ ਹੀ ਵਧੇਗਾ, ਨਾਲ ਮੁਲਾਜ਼ਮ ਨੂੰ ਸਹੂਲਤ ਵੀ ਹੁੰਦੀ ਹੈ। ਕਈ ਵਾਰ ਇਹ ਲੱਗਦਾ ਕਿ ਜੀ ਮੇਰੀ ਚੈਕਿੰਗ ਇਸ ਤਰੀਕੇ ਨਾਲ ਨਹੀਂ ਹੋਈ, ਉਹ ਨਹੀਂ ਹੋਇਆ, ਇਹਦੇ ਵਿੱਚ 7 ਦਿਨ ਦੀ ਸਟੋਰੇਜ ਵੀ ਹੈਗੀ ਅਤੇ ਅਸੀਂ ਕਿਸੇ ਵੀ ਚੀਜ਼ ਨੂੰ ਰੀਰਨ ਕਰਕੇ ਚੈੱਕ ਵੀ ਕਰ ਸਕਦੇ ਹਾਂ। ਕੋਸਟਲੀ ਸਰ ਕਿੰਨਾ ਕੁ ਪ੍ਰੋਜੈਕਟ, ਪੈਸੇ ਕਿੰਨੇ ਕੁ ਲੱਗਦੇ ਨੇ ਇਸ ਤਰ੍ਹਾਂ ਦੇ ਕੈਮਰੇ ਇੰਸਟਾਲ ਕਰਦੇ? ਔਰ ਪਾਇਲਟ ਤਾਂ ਜਿਹੜਾ ਇਨੀਸ਼ੀਅਲ ਪਾਇਲਟ ਅਸੀਂ ਇਹ ਕਨਸੀਵ ਕੀਤਾ ਪਹਿਲੀ ਵਾਰ 25 ਤੋਂ 30 ਹਜ਼ਾਰ ਦਾ ਹੈਗਾ, ਬਟ ਜਿੱਦਾਂ ਇਹਦੀ ਸਕੇਲੇਬਿਲਟੀ ਵਧੇਗੀ ਤਾਂ ਕੋਸਟ ਘੱਟ ਜੂ। ਡਰੱਗਸ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਹੁੰਦੇ ਨੇ ਕਿ ਅਸੀਂ ਇਹ ਡਰੱਗਸ ਵੇਖਦਾ ਹੈਗਾ, ਕੀ ਲੱਗਦਾ ਹੈ ਉਹ ਚੀਜ਼ ਵੀ ਪੁਲਿਸ ਦੀ ਸੌਖੀ ਹੋ ਜੂਗੀ ਇਹਦੇ ਨਾਲ? ਦੇਖੋ, ਇਹਦਾ ਇੱਕ ਹੋਰ ਫਾਇਦਾ ਹੋਇਆ ਕਿ ਇਹ ਜਿਹੜਾ ਹੁਣ ਸਟੈਂਡ 'ਤੇ ਲੱਗਿਆ, ਇਹਨੂੰ ਚੱਕਿਆ ਆਪਾਂ ਵਹੀਕਲ 'ਤੇ ਵੀ ਲਾ ਸਕਦੇ ਹਾਂ, ਜਾਂ ਕਿਸੇ ਜਗ੍ਹਾ 'ਤੇ ਆਪਾਂ ਨੂੰ ਫਿਕਸ ਕਰਨਾ, ਮੰਨ ਲਓ ਕਿਸੇ ਕੰਨ 'ਤੇ, ਅਤੇ ਉਹ ਵੀ ਕੀਤਾ ਜਾ ਸਕਦਾ ਹੈ, ਅਤੇ ਜਿਹੜੇ ਮਰਜ਼ੀ ਏਰੀਆ ਦੀ ਨਿਗਰਾਨੀ ਕੀਤੀ ਜਾ ਸਕਦੀ। ਪੰਜਾਬ 'ਚ ਕਹਿੰਦੇ ਪਹਿਲਾ ਪ੍ਰੋਜੈਕਟ ਹੈ ਮੇਰੇ ਖਿਆਲ 'ਤੇ, ਪਹਿਲਾ ਹੀ ਹੈਗਾ, ਬਾਕੀ ਯੂ ਕੈਨ ਵੈਰੀਫਾਈ ਦੈਟ। ਇਸ ਤਰ੍ਹਾਂ ਦੇ ਕੈਮਰੇ ਨੇ ਉਹ ਇੰਸਟਾਲ ਕਰ ਦਿੱਤੇ ਨੇ ਪਾਇਲਟ ਪ੍ਰੋਜੈਕਟ ਦੇ ਤੌਰ ਤੇ। ਇਸ ਤਰ੍ਹਾਂ ਦੇ ਪੋਰਟਲ ਕੈਮਰੇ ਨੇ, ਪੋਰਟੇਬਲ ਕੈਮਰੇ ਨੇ, ਉਹ ਬਠਿੰਡਾ ਦੇ ਵਿੱਚ ਇੰਸਟਾਲ ਕੀਤੇ ਜਾਣਗੇ। ਖੁਦ ਇਸ ਦੀ ਨਿਗਰਾਨੀ ਨੇ ਬਠਿੰਡਾ ਪੁਲਿਸ ਦੇ SSP ਕਰ ਰਹੇ ਨੇ ਔਰ ਇਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ। ਇਸ ਤਰ੍ਹਾਂ ਦੇ ਕੈਮਰੇ ਨੇ, ਦੱਸ ਰਹੇ ਨੇ ਕਿ 12 ਤੋਂ 15 ਕੈਮਰੇ ਨੇ ਪਹਿਲੀ ਤੌਰ ਤੇ ਇੰਸਟਾਲ ਕੀਤੇ ਜਾਣਗੇ। ਕਿਸ ਤਰ੍ਹਾਂ ਦਾ ਬੈਨੀਫਿਟ ਇਹਨਾਂ ਦਾ ਹੋਏਗਾ, ਖੁਦ ਬਠਿੰਡਾ ਪੁਲਿਸ ਦੇ SSP ਨੇ ਸਰ ਪਾਇਲਟ ਪ੍ਰੋਜੈਕਟ ਤੁਸੀਂ ਸ਼ੁਰੂ ਕੀਤਾ ਹੈਗਾ, ਸ਼ੁਰੂਆਤ ਦੇ ਵਿੱਚ ਕਿੰਨੇ ਕੈਮਰੇ ਇੰਸਟਾਲ ਕਰ ਰਹੇ ਹੋ? ਇਹ ਜੀ, ਅੱਜ ਇੱਕ ਪਾਇਲਟ ਜਿਹੜਾ 3 ਦਿਨ ਤੋਂ ਅਸੀਂ ਰਨ ਕਰ ਰਹੇ ਸੀਗੇ। ਪਹਿਲੀ ਵਾਰ ਅਸੀਂ ਟਰਾਈ ਕੀਤਾ ਕਿ ਸੋਲਰ ਪਾਵਰਡ ਕੈਮਰੇ ਹੋਣ ਅਤੇ ਇਹਦਾ ਸਟੱਡੀ ਬੇਸ ਬਣਾ ਕੇ ਮਲਟੀਪਲ ਇਹਨਾਂ ਦੇ ਯੂਜ਼ ਹੈਗਾ। ਇਹਦੇ ਵਿੱਚ ਅੱਜ ਕਿਉਂਕਿ ਸਕਸੈਸਫੁਲ ਲੱਗ ਰਿਹਾ ਸਾਨੂੰ, ਤਾਂ ਅਸੀਂ ਵਧਾ ਕੇ ਪਹਿਲਾਂ 15 ਕਰਾਂਗੇ ਅਤੇ ਉਹ ਤੋਂ ਬਾਅਦ ਜਿੱਦਾਂ ਇਲੈਕਸ਼ਨ ਦੀ ਰਿਕੁਆਇਰਮੈਂਟ ਹੋਏਗੀ, ਜਿਵੇਂ ਰੈਲੀ ਹੁੰਦੀ ਹੈ, ਪੋਰਟੇਬਲ ਨਾਕੇਬੰਦੀ ਹੁੰਦੀ ਹੈ, ਕੋਈ ਵੱਡੇ ਪ੍ਰੋਗਰਾਮ ਹੁੰਦੇ ਹੈ, ਫ੍ਰਿਸਕਿੰਗ ਵਗੈਰਾ ਹੁੰਦੀ ਹੈ, ਚੈਕਿੰਗ ਹੁੰਦੀ ਹੈ, ਕੋਈ ਧਾਰਮਿਕ ਸਮਾਗਮ ਹੁੰਦੇ ਹੈ, ਹਰ ਜਗ੍ਹਾ 'ਤੇ ਯੂਜ਼ ਕੀਤਾ ਜਾ ਸਕਦਾ। ਖਾਸਿਅਤ ਕੀ ਇਸ ਕੈਮਰੇ, ਥੋੜ੍ਹਾ ਐਕਸਪਲੇਨ ਕਰੋ ਕਿਸ ਤਰੀਕੇ ਨਾਲ ਕੰਮ ਕਰੇਗਾ, ਕਿੱਥੇ ਵੀਡੀਓ ਪ੍ਰਵਿਊ ਹੋਏਗੀ, ਕਿਸ ਕਿਸ ਜਗ੍ਹਾ 'ਤੇ ਆਪਾਂ ਨੂੰ ਇੰਸਟਾਲ ਕਰ ਸਕਦੇ ਹਾਂ? ਦੇਖੋ, ਸਭ ਤੋਂ ਵੱਡੀ ਖਾਸੀਅਤ ਤਾਂ ਇਹ ਹੈ ਕਿ ਇਹ ਪੋਰਟੇਬਲ ਹੈਗਾ, ਦੂਜਾ ਇਹਨੇ ਬਿਜਲੀ ਦੀ ਲੋਡ ਹੈ ਨਹੀਂ, ਸੋਲਰ ਪਾਵਰਡ ਹੈਗਾ, 18 ਘੰਟੇ ਬੈਟਰੀ ਲਾਈਫ ਹੈ, ਚਾਰਜ ਹੋ ਕੇ ਰਾਤ ਭਰ ਚੱਲਦਾ ਹੈ, 180° ਰੋਟੇਸ਼ਨ ਹੈਗੀ ਹੈ, ਕੰਟਰੋਲ ਰੂਮ 'ਤੇ ਇਹਦੀ ਲਾਈਵ ਫੁਟੇਜ ਚੱਲਦੀ ਹੈ, ਇਹਦੇ ਵਿੱਚ 4G SIM ਲੱਗੀ ਹੈ, ਵਾਈਫਾਈ ਕੈਮਰਾ ਹੈਗਾ, ਲਾਈਵ ਫੁਟੇਜ ਦੇ ਨਾਲ ਨਹੀਂ ਉਸੀ ਮੋਬਾਈਲ ਫੋਨ 'ਤੇ ਕੋਈ ਵੀ ਅਧਿਕਾਰੀ ਦੇਖ ਸਕਦਾ ਹੈ, ਕੰਟਰੋਲ ਰੂਮ 'ਤੇ ਵੀ ਦੇਖਿਆ ਜਾ ਸਕਦਾ ਹੈ।
ਅਤੇ ਇਹ ਸਾਰੇ ਐਡਵਾਂਟੇਜ ਹੈ ਕਿ ਆਡੀਓ ਨਾਲ ਚੱਲਦੀ ਹੈ, ਮੁਲਾਜ਼ਮ ਜੋ ਕਿਸੇ ਪਬਲਿਕ ਦੇ ਨੁਮਾਇੰਦੇ ਨਾਲ ਪਬਲਿਕ ਨਾਲ ਗੱਲ ਕਰ ਰਿਹਾ ਉਹ ਵੀ ਸਾਨੂੰ ਪਤਾ ਚੱਲੇਗਾ ਅਤੇ ਪਬਲਿਕ ਵੀ ਇੱਕ ਜਿਹੜੀ ਹੈਗੀ ਉਹਨੂੰ ਸੁਰੱਖਿਆ ਵੀ ਮਹਿਸੂਸ ਹੋਏਗੀ ਅਤੇ ਉਹ ਵੈਲ ਬਿਹੇਵਡ ਵੀ ਰਹੇ। ਅਨੁਸ਼ਾਸਨ ਹੋਰ ਪੁਲਿਸ ਦਾ ਬੈਟਰ ਹੋਏਗਾ ਨਾਕੇ 'ਤੇ, ਅਕਸਰ ਕਹਿੰਦੇ ਕਿ ਪੁਲਿਸ ਰੂਡਲੀ ਬਿਹੇਵ ਕਰਦੀ ਹੈਗੀ, ਇਹ ਚੀਜ਼ ਹੋਰ ਈਜ਼ੀ ਹੋ ਜਾਏਗੀ, ਸਕਿਉਰਟੀ ਰਹੇਗੀ ਤੁਹਾਡੀ ਉਸ 'ਤੇ? ਅਫਕੋਰਸ ਅਨੁਸ਼ਾਸਨ ਤਾਂ ਵਧੇਗਾ ਹੀ ਵਧੇਗਾ, ਨਾਲ ਮੁਲਾਜ਼ਮ ਨੂੰ ਸਹੂਲਤ ਵੀ ਹੁੰਦੀ ਹੈ। ਕਈ ਵਾਰ ਇਹ ਲੱਗਦਾ ਕਿ ਜੀ ਮੇਰੀ ਚੈਕਿੰਗ ਇਸ ਤਰੀਕੇ ਨਾਲ ਨਹੀਂ ਹੋਈ, ਉਹ ਨਹੀਂ ਹੋਇਆ, ਇਹਦੇ ਵਿੱਚ 7 ਦਿਨ ਦੀ ਸਟੋਰੇਜ ਵੀ ਹੈਗੀ ਅਤੇ ਅਸੀਂ ਕਿਸੇ ਵੀ ਚੀਜ਼ ਨੂੰ ਰੀਰਨ ਕਰਕੇ ਚੈੱਕ ਵੀ ਕਰ ਸਕਦੇ ਹਾਂ। ਕੋਸਟਲੀ ਸਰ ਕਿੰਨਾ ਕੁ ਪ੍ਰੋਜੈਕਟ, ਪੈਸੇ ਕਿੰਨੇ ਕੁ ਲੱਗਦੇ ਨੇ ਇਸ ਤਰ੍ਹਾਂ ਦੇ ਕੈਮਰੇ ਇੰਸਟਾਲ ਕਰਦੇ? ਇਨੀਸ਼ੀਅਲ ਪਾਇਲਟ ਤਾਂ ਜਿਹੜਾ ਇਨੀਸ਼ੀਅਲ ਪਾਇਲਟ ਅਸੀਂ ਇਹ ਕੰਸੀਵ ਕੀਤਾ ਪਹਿਲੀ ਵਾਰ 25 ਤੋਂ 30 ਹਜ਼ਾਰ ਦਾ ਹੈਗਾ, ਬਟ ਜਿੱਦਾਂ ਇਹਦੀ ਸਕੇਲੇਬਿਲਟੀ ਵਧੇਗੀ ਤਾਂ ਕੋਸਟ ਘੱਟ ਜੂ। ਡਰੱਗਸ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਹੁੰਦੇ ਨੇ ਕਿ ਐਸੀ ਡਰੱਗਸ ਵੇਖਦਾ ਹੈਗਾ, ਕੀ ਲੱਗਦਾ ਹੈ ਉਹ ਚੀਜ਼ ਵੀ ਪੁਲਿਸ ਦੀ ਸੌਖੀ ਹੋ ਜੂਗੀ ਇਹਦੇ ਨਾਲ? ਦੇਖੋ ਇਹਦਾ ਇੱਕ ਹੋਰ ਫਾਇਦਾ ਹੋਇਆ ਕਿ ਇਹ ਜਿਹੜਾ ਹੁਣ ਸਟੈਂਡ 'ਤੇ ਲੱਗਿਆ ਇਹਨੂੰ ਚੱਕਿਆ ਆਪਾਂ ਵਹੀਕਲ 'ਤੇ ਵੀ ਲਾ ਸਕਦੇ ਹਾਂ, ਜਾਂ ਕਿਸੇ ਜਗ੍ਹਾ 'ਤੇ ਆਪਾਂ ਨੂੰ ਫਿਕਸ ਕਰਨਾ ਮੰਨ ਲਓ ਕਿਸੇ ਕੰਨ 'ਤੇ, ਅਤੇ ਉਹ ਵੀ ਕੀਤਾ ਜਾ ਸਕਦਾ ਹੈ, ਅਤੇ ਜਿਹੜੇ ਮਰਜ਼ੀ ਏਰੀਆ ਦੀ ਨਿਗਰਾਨੀ ਕੀਤੀ ਜਾ ਸਕਦੀ। ਪੰਜਾਬ 'ਚ ਕਹਿੰਦੇ ਪਹਿਲਾ ਪ੍ਰੋਜੈਕਟ ਹੈ ਮੇਰੇ ਖਿਆਲ 'ਤੇ, ਪਹਿਲਾ ਹੀ ਹੈਗਾ, ਬਾਕੀ ਯੂ ਕੈਨ ਵੈਰੀਫਾਈ ਦੈਟ।